ਰਿਸਪੈਕਟਡ ਟੀਚਰਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਅਸੀਂ ਵਿਦਿਆ ਅੰਮ੍ਰਿਤ ਮਹੋਤਸਵ ਦਿਕਸ਼ਾ ਐਪ ਦੇ ਅੰਡਰ ਆਪਣਾ ਇੱਕ ਟੀਚਿੰਗ ਸਬਜੈਕਟ ਦੇ ਨਾਲ ਸੰਬੰਧਿਤ ਪ੍ਰੋਜੈਕਟ ਸਬਮਿਟ ਕਰਨਾ ਹੈ ਤੇ ਉਦੇ ਸੰਬੰਧ ਵਿੱਚ ਮੈਂ ਅੱਜ ਇੱਕ ਵੀਡੀਓ ਬਣਾ ਰਹੀ ਹਾਂ ਤਾਂ ਕਿ ਮੇਰੇ ਸਾਥੀਆਂ ਨੂੰ ਥੋੜੀ ਮਦਦ ਮਿਲ ਸਕੇ ਤਾਂ ਅਸੀਂ ਹੁਣ ਸਟਾਰਟ ਕਰਦੇ ਹਾਂ ਕਿ ਅਸੀਂ ਪ੍ਰੋਜੈਕਟ ਨੂੰ ਕਿਵੇਂ ਸਬਮਿਟ ਕਰਨਾ ਹੈ ਪਿਆਰੇ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਆਪਣੇ ਟੀਚਿੰਗ ਸਬਜੈਕਟ ਦੇ ਨਾਲ ਸੰਬੰਧਿਤ ਇੱਕ ਵੀਡੀਓ ਤਿਆਰ ਕਰਨੀ ਹੈ ਆ ਉਹ ਤੁਸੀਂ ਫੋਟੋ ਵੀ ਕਲਿੱਕ ਕਰਕੇ ਉਹਦੇ ਵਿੱਚ ਐਡ ਕਰ ਸਕਦੇ ਹੋ ਜਾਂ ਵੀਡੀਓ ਬਣਾ ਸਕਦੇ ਹੋ ਸ਼ਾਰਟ ਵਿੱਚ ਤੇ ਨਾਲ ਸਭ ਤੋਂ ਪਹਿਲਾਂ ਤੁਸੀਂ ਤਿੰਨ ਚੀਜ਼ਾਂ ਨੂੰ ਤਿਆਰ ਕਰਕੇ ਰੱਖਣਾ ਹੈ ਕਿ ਜਿਹੜਾ ਵੀ ਟੌਪਿਕ ਹੈ ਉਸ ਟੌਪਿਕ ਦੇ ਆਬਜੈਕਟਿਵਸ ਕੀ ਹੈ ਜਿਸ ਤਰ੍ਹਾਂ ਕਿ ਕੋਈ ਤੁਸੀਂ ਇੰਗਲਿਸ਼ ਸਟੋਰੀ ਰੀਡ ਕਰਵਾਉਣੀ ਹੈ ਬੱਚਿਆਂ ਨੂੰ ਟੈਕਸਟਬੁੱਕ ਦੇ ਵਿੱਚੋਂ ਤੇ ਉਹਦੇ ਆਬਜੈਕਟਿਵਸ ਕੀ ਹੈ ਉਸ ਤੋਂ ਬਾਅਦ ਐਕਸ਼ਨ ਸਟੈਪਸ ਸਭ ਤੋਂ ਪਹਿਲੇ ਟਾਈਟਲ ਆਏਗਾ ਫਿਰ ਆਬਜੈਕਟਿਵਜ਼ ਆਣਗੇ ਉਸ ਤੋਂ ਬਾਅਦ ਆਏਗਾ ਕਿ ਐਕਸ਼ਨ ਸਟੈਪਸ ਤੁਸੀਂ ਕਿਹੜੇ ਪ੍ਰੋਸੈਸ ਦੇ ਨਾਲ ਉਹ ਜਿਹੜਾ ਟਾਪਿਕ ਹੈ ਤੁਸੀਂ ਟੀਚ ਕੀਤਾ ਸਟੂਡੈਂਟਸ ਨੂੰ ਤੇ ਲਾਸਟ ਵਿੱਚ ਆਏਗਾ ਕਿ ਇੰਪੈਕਟ ਬੱਚਿਆਂ ਦੇ ਤੁਹਾਡੇ ਉਸ ਇਨੋਵੇਟਿਵ ਆਈਡੀਆ ਨਾਲ ਟੀਚ ਕਰਨ ਦਾ ਕੀ ਇੰਪੈਕਟ ਪਿਆ ਤੇ ਅਸੀਂ ਜ਼ਰੂਰ ਹੀ ਲਿਖਾਂਗੇ ਅੰਤ ਵਿੱਚ ਕਿ ਬਹੁਤ ਹੀ ਵਧੀਆ ਰਿਸਪੌਂਸ ਆਇਆ ਸਟੂਡੈਂਟਸ ਦਾ ਜਦੋਂ ਅਸੀਂ ਆਪਣੇ ਤਰੀਕੇ ਦੇ ਨਾਲ ਪੇਸ਼ ਕੀਤਾ ਉਸ ਟਾਪਿਕ ਨੂੰ ਤੇ ਹੁਣ ਅਸੀਂ ਸਟਾਰਟ ਕਰਦੇ ਆਂ ਹਾਂਜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਕਿ ਸਭ ਤੋਂ ਪਹਿਲੇ ਤੁਹਾਨੂੰ ਪ੍ਰੋਜੈਕਟ ਟਾਈਟਲ ਪਤਾ ਹੋਣਾ ਚਾਹੀਦਾ ਹੈ ਆਪਣਾ ਤੁਸੀਂ ਇੱਕ ਪੇਜ ਤੇ ਲਿਖ ਕੇ ਰੱਖ ਸਕਦੇ ਹੋ ਤੇ ਉਹਨੂੰ ਉਹਦੀਆਂ ਫੋਟੋ ਕਲਿੱਕ ਕਰਕੇ ਰੱਖ ਲਓ ਕਿਉਂਕਿ ਜਦੋਂ ਅਸੀਂ ਪ੍ਰੋਜੈਕਟ ਨੂੰ ਸਬਮਿਟ ਕਰਨਾ ਹੈ ਤਾਂ ਤੁਸੀਂ ਆਪਣੀ ਰਿਕਾਰਡਿੰਗ ਜਾਂ ਆਪਣੀ ਵੀਡੀਓ ਜਾਂ ਕਿਸੇ ਪੇਜ ਦੇ ਉੱਤੇ ਲਿਖਿਆ ਹੋਇਆ ਜੋ ਮਟੀਰੀਅਲ ਹੈ ਉਹਦੇ ਫੋਟੋ ਕਲਿੱਕ ਕਰਕੇ ਆਪਣੀ ਗੈਲਰੀ ਚ ਰੱਖੋਗੇ ਤਾਂ ਕਿ ਉਸ ਟਾਈਮ ਤੇ ਜਦੋਂ ਉੱਥੇ ਆਪਸ਼ਨ ਆਏ ਤਾਂ ਤੁਸੀਂ ਆਪਣੀ ਗੈਲਰੀ ਚ ਉਹ ਚੀਜ਼ਾਂ ਨੂੰ ਲੈ ਸਕੋ ਪ੍ਰੋਜੈਕਟ ਟਾਈਟਲ ਪ੍ਰੋਜੈਕਟ ਆਬਜੈਕਟਿਵਸ ਐਕਸ਼ਨ ਸਟੈਪਸ ਤੇ ਅੰਤ ਵਿੱਚ ਇੰਪੈਕਟ ਹੁਣ ਅਸੀਂ ਗੱਲ ਕਰਾਂਗੇ ਕਿ ਛੇ ਅਸੀਂ ਵੀਡੀਓ ਬਣਾਵਾਂਗੇ ਤਾਂ ਵੀਡੀਓ ਦੇ ਵਿੱਚ ਇੰਟਰੋਡਕਸ਼ਨ ਜਿਹੜੀ ਹੈ ਉਹ 30 ਸਕਿੰਡਸ ਦੀ ਹੋਏਗੀ ਆਪਣਾ ਨਾਮ ਦੱਸ ਸਕਦੇ ਹੋ ਆਪਣਾ ਸਕੂਲ ਦੱਸ ਸਕਦੇ ਹੋ ਸਟਰੀਟ ਦੱਸ ਸਕਦੇ ਹੋ ਆਬਜੈਕਟਿਵਸ ਦੇ ਵਿੱਚ ਤੁਸੀਂ 1 ਮਿੰਟ ਦੀ ਵੀਡੀਓ ਬਣਾਓਗੇ ਜਾਂ ਇਹ ਵੀ ਆਪਸ਼ਨ ਹੈ ਕਿ ਤੁਸੀਂ ਫੋਟੋ ਕਲਿੱਕ ਕਰਕੇ ਰੱਖ ਲਓ ਤੇ ਉਹਨੂੰ ਐਡ ਕਰ ਦਿਓ ਤੇ ਫਿਰ ਆਣਗੇ ਐਕਸ਼ਨ ਸਟੈਪਸ ਉਹ 2.5 ਮਿੰਟ ਤੇ ਹੋ ਸਕਦੇ ਆ ਤੇ ਇੰਪੈਕਟ ਜਿਹੜਾ ਹੈ ਉਹ 1 ਮਿੰਟ ਦਾ ਹੋ ਸਕਦਾ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਾਂਗੇ ਇਸ ਪ੍ਰੋਜੈਕਟ ਨੂੰ ਸਬਮਿਟ ਕਰਨ ਲਈ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਹੀ ਹੈ ਕਿ ਪ੍ਰੋਜੈਕਟ ਟਾਈਟਲ ਪਤਾ ਹੋਣਾ ਚਾਹੀਦਾ ਹੈ ਆਬਜੈਕਟਿਵ ਟਾਸਕ ਦੇ ਰਿਗਾਰਡਿੰਗ ਤੁਸੀਂ ਕੋਈ ਵੀਡੀਓ ਬਣਾ ਸਕਦੇ ਹੋ ਜਾਂ ਇੱਕ ਪੇਪਰ ਦੇ ਉੱਤੇ ਲਿਖ ਸਕਦੇ ਹੋ ਤੇ ਜਰਨੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਅਟੈਚ ਕਰੋਗੇ ਉਸ ਤੋਂ ਬਾਅਦ ਆਬਜੈਕਟਿਵ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਸੀਕੁਐਂਸ ਦੇ ਨਾਲ ਜਾਂ ਵੀਡੀਓ ਜਾਂ ਪੇਪਰ ਦੇ ਉੱਤੇ ਲਿਖ ਕੇ ਫੋਟੋ ਕਲਿੱਕ ਕਰਕੇ ਰੱਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋਗੇ ਕਿ ਧਿਕਸ਼ਾ ਐਪ ਦਾ ਜਿਹੜਾ ਨਿਊ ਵਰਜ਼ਨ ਹੈ ਉਹ ਤੁਹਾਡੇ ਮੋਬਾਈਲਸ ਤੇ ਹੋਵੇ ਅਪਡੇਟ ਦੀ অপਸ਼ਨ ਆਏਗੀ ਜਾਂ ਤੁਸੀਂ ਉਹਨੂੰ ਅਨਇਨਸਟਾਲ ਪੁਰਾਣੇ ਨੂੰ ਕਰਕੇ ਨਿਊ ਧਿਕਸ਼ਾ ਐਪ ਦਾ ਨਿਊ ਵਰਜ਼ਨ ਜਿਹੜਾ ਹੈ ਤੁਸੀਂ ਅਪਲੋਡ ਕਰ ਸਕਦੇ ਹੋ ਇਨਸਟਾਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਨੈਟ ਕਨੈਕਸ਼ਨ ਹੈਗਾ ਉਸ ਤੋਂ ਬਾਅਦ ਤੁਸੀਂ ਆਏਗਾ ਈ ਪੰਜਾਬ ਆਈਡੀ ਤੇ ਪਾਸਵਰਡ ਤੁਸੀਂ ਜਿਹੜਾ ਸਟੇਟ ਸਾਡਾ ਪੰਜਾਬ ਹੈ ਤੇ ਅਸੀਂ ਈ ਪੰਜਾਬ ਆਈਡੀ ਜਿਹੜੀ ਹੈ ਸਾਡੀ ਉਹਦੇ ਨਾਲ ਹੀ ਲੌਗਇਨ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਧਿਕਸ਼ਾ ਐਪ ਦੇ ਵਿੱਚ ਐਂਟਰ ਕਰ ਜਾਵਾਂਗੇ ਇਹ ਤੁਹਾਨੂੰ ਆ ਪਤਾ ਹੀ ਹੈ ਕਿ ਇਹ ਧਿਕਸ਼ਾ ਦਾ ਲੋਗੋ ਹੈ ਉਸ ਤੋਂ ਬਾਅਦ ਅਸੀਂ ਇਸ অপਸ਼ਨ ਤੇ ਲੌਗਇਨ ਵਿਦ ਸਟੇਟ ਸਿਸਟਮ ਉਸ ਤੋਂ ਬਾਅਦ ਪੰਜਾਬ ਈ ਪੰਜਾਬ ਆਈਡੀ ਦੈਨ ਪਾਸਵਰਡ ਉਸ ਤੋਂ ਬਾਅਦ ਆਏਗਾ ਜਦੋਂ ਅਸੀਂ ਇਹ ਪੰਜਾਬ ਆਈਡੀ ਨਾਲ ਲੌਗਇਨ ਕਰਾਂਗੇ ਤੇ অপਸ਼ਨ ਆਏਗੀ ਪ੍ਰੋਫਾਈਲ ਦੀ ᱨੈੱਡ ਕਲਰ ਦੀ ਉਸ ਤੋਂ ਬਾਅਦ ਆਏਗਾ ਕਿ ਤੁਹਾਡਾ ਨਾਮ ਸਾਰਾ ਡਿਟੇਲ ਜਿਹੜੀ ਹੈ ਸਾਰੀ ਉਹ ਨਿਕਲ ਕੇ ਸਾਹਮਣੇ ਆ ਜਾਏਗੀ ਸ਼ੋ ਹੋ ਜਾਏਗੀ ਜੇ ਕੁਝ ਵੀ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤੇ ਐਡਿਟ ਦੀ অপਸ਼ਨ ਆ ਜਾਂਦੀ ਹੈ ਲੈਂਗੁਏਜ ਚੇਂਜ ਕਰਨਾ ਚਾਹੁੰਦੇ ਹੋ ਲੈਂਗੁਏਜ ਵੀ ਪੰਜਾਬੀ ਇੰਗਲਿਸ਼ ਜੋ ਤੁਹਾਨੂੰ ਸਿਟੇਬਲ ਲੱਗੇ ਉਹ ਆ ਜਾਏਗੀ ਉਸ ਤੋਂ ਬਾਅਦ ਆਏਗਾ ਇੱਕ 3 ਡੈਸ਼ ਵਾਲਾ ਇੱਕ ਲੋਗੋ ਆਏਗਾ ਜੀ ਇੱਕ 3 ਡੈਸ਼ ਦੇ ਲੋਗੋ ਤੋਂ ਬਾਅਦ ਉਹਦੇ ਵਿੱਚ ਆਪਸ਼ਨਸ ਨਿਕਲਣਗੇ ਆ ਉਸ ਚ ਥਰਡ ਆਪਸ਼ਨ ਹੋਏਗੀ ਟ੍ਰਾਈ ਨਿਊ ਦੀਕਸ਼ਾ ਐਕਸਪੀਰੀਅੰਸ ਉਹਨੂੰ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੱਕ ਕਿ ਸਕਰੀਨ ਦੇ ਉੱਤੇ ਅ ਅਸੀਂ ਸਕਰੋਲ ਕਰਾਂਗੇ ਤੇ ਸਕਰੋਲ ਕਰਕੇ ਬਿਲਕੁਲ ਥੱਲੇ ਪ੍ਰੋਜੈਕਟ ਦੀ অপਸ਼ਨ ਆਏਗੀ ਪ੍ਰੋਜੈਕਟ ਦੀ অপਸ਼ਨ ਤੋਂ ਬਾਅਦ ਅਸੀਂ ਸਟਾਰਟ ਕਰਾਂਗੇ ਜੋ ਵੀ ਸਾਡੇ ਕੋਲ ਮਟੀਰੀਅਲ ਹੈ ਉਹਦੇ ਲਈ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਕਿ ਅਸੀਂ ਕੀ ਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਨਾਲ ਨੋਟ ਕਰ ਸਕਦੇ ਹੋ ਇਹ ਹੀ ਕੀ ਪੁਆਇੰਟਸ ਹੈਗੇ ਆ ਜਿਹੜੇ ਪ੍ਰੋਜੈਕਟ ਸਬਮਿਟ ਕਰਨ ਲਈ ਸਾਡੇ ਲਈ ਰਿਕੁਆਇਰਡ ਹੈ ਹੁਣ ਅਸੀਂ ਸਟਾਰਟ ਕਰਦੇ ਹਾਂ ਜਿੱਦਾਂ ਸਟਾਰਟ ਇੰਪਰੂਵਮੈਂਟ ਨੂੰ ਅਸੀਂ ਕਲਿੱਕ ਕਰਾਂਗੇ ਸੇਮ ਇਸੇ ਤਰ੍ਹਾਂ ਦਾ ਜਿਹੜਾ ਪੇਜ ਹੈ ਤੁਹਾਨੂੰ ਸ਼ੋ ਹੋਏਗਾ ਮੋਬਾਈਲ ਤੇ ਉਸ ਤੋਂ ਬਾਅਦ ਆਪਸ਼ਨ ਆਏਗੀ ਐਡਿਟ ਐਂਡ ਐਡ ਯੋਰ ਪ੍ਰੋਜੈਕਟ ਨੇਮ ਫਿਰ ਅਸੀਂ ਪ੍ਰੋਜੈਕਟ ਡਿਟੇਲਸ ਦੇਖਾਂਗੇ ਉਸ ਤੋਂ ਵਿੱਚ ਪ੍ਰੋਜੈਕਟ ਆਬਜੈਕਟਿਵ ਨੂੰ ਕਲਿੱਕ ਕਰਕੇ ਉੱਥੇ ਟਾਈਪ ਕਰ ਦਾਂਗੇ ਦੈਨ ਟਾਸਕ ਡਿਟੇਲ ਦੇ ਵਿੱਚ ਇਸ ਤਰ੍ਹਾਂ ਆ ਜਾਏਗਾ ਮੰਡੇਟਰੀ ਵੀ ਰਿਸੋਰਸਿਸ ਵੀ ਰਿਸੋਰਸਿਸ ਵਿੱਚ ਤੁਹਾਨੂੰ ਥੋੜਾ ਗਾਈਡ ਕੀਤਾ ਜਾਏਗਾ ਤੁਸੀਂ ਕੀ ਕਰੋਗੇ ਕਿ ਇਹਦੇ ਵਿੱਚ ਜਦੋਂ ਅ ਅਸੀਂ ਕਰਾਂਗੇ ਕਲਿੱਕ ਤੇ ਆਪਣੀ ਜਿਹੜੀ ਫੋਟੋ ਹੈ ਜਾਂ ਅਸੀਂ ਜੋ ਵੀ ਵੀਡੀਓ ਮਨਾਈ ਹੋਈ ਹੈ ਟਾਈਟਲ ਦੀ ਉਹ ਅਸੀਂ ਵਿੱਚ ਸਬਮਿਟ ਕਰ ਦਾਂਗੇ ਤੇ ਉਹਦੇ ਲਈ ਵੀ ਸਾਥਿਓ অপਸ਼ਨ ਆਏਗੀ ਐਡਿਟ ਤੇ ਐਡਿਟ ਨੂੰ ਕਰਾਂਗੇ ਉਸ ਤੋਂ ਬਾਅਦ ਕਲਿੱਕ ਔਨ ਦ ਬਲੂ ਐਡਿਟ ਬਟਨ ਫਿਰ ਅਸੀਂ ਉਹ ਕਰਾਂਗੇ ਉਸ ਤੋਂ ਬਾਅਦ ਸਕਰੀਨ ਦੇ ਉੱਤੇ ਜਿੱਦਾਂ ਵੀ ਰਿਕੁਆਇਰਡ ਇਨਫੋਰਮੇਸ਼ਨ ਮੰਗੀ ਜਾਏਗੀ ਉਸੇ ਤਰ੍ਹਾਂ ਅਸੀਂ ਕਰ ਦਾਂਗੇ ਉਸੇ ਤਰ੍ਹਾਂ ਸੈਕਿੰਡ ਸਟੈਪ ਹੈ ਐਕਸ਼ਨ ਜਿਹੜੇ ਸਟੈਪਸ ਹੈ ਉਹ ਹੈਗੇ ਆ ਫਿਰ ਲਾਸਟ ਦੇ ਵਿੱਚ ਹੈ ਇੰਪੈਕਟ ਐਂਡ ਦੈਨ ਉਹਦੇ ਵਿੱਚ ਹੈ ਕਿ ਤੁਹਾਡੀ ਜਿਹੜੀ ਵੀਡੀਓ ਜਿਹੜੀ ਤੁਸੀਂ ਸਬਮਿਟ ਕਰਨੀ ਹੈ ਉਹ ਵੀ ਤੁਸੀਂ ਟਾਈਟਲ ਫਿਲ ਕਰਕੇ ਤੇ ਤੁਸੀਂ ਉਹਨੂੰ ਵੀ ਐਡ ਫਾਈਲ ਇੱਥੇ ਇਹ ਵਰਨਣਯੋਗ ਹੈ ਕਿ ਤੁਸੀਂ ਜਦੋਂ ਇਹ ਵਾਲਾ ਇੱਕ ਸਕਰੀਨ ਦੇ ਵਿੱਚ ਸ਼ੋ ਹੁੰਦਾ ਹੈ ਉੱਥੇ ਐਡ ਫਾਈਲ ਦੀ অপਸ਼ਨ ਨੂੰ ਤੁਸੀਂ ਕਲਿੱਕ ਕਰਨਾ ਹੈ ਤੇ ਜੋ ਵੀ ਗੈਲਰੀ ਦੇ ਵਿੱਚ ਤੁਹਾਡੇ ਕੋਲ ਮਟੀਰੀਅਲ ਹੈ ਜਿਹੜਾ ਤੁਸੀਂ ਉਸ ਜਗ੍ਹਾ ਤੇ ਸਬਮਿਟ ਕਰਨਾ ਚਾਹੁੰਦੇ ਹੋ ਉਹਨੂੰ ਇੱਥੋਂ ਐਡ ਫਾਈਲ ਤੋਂ ਸਬਮਿਟ ਹੋ ਜਾਏਗਾ ਲਾਸਟ ਦੇ ਵਿੱਚ ਸਾਥਿਓ ਆ ਜਾਏਗਾ ਕਿ ਇੱਕ ਆਪਸ਼ਨ ਆਂਦੀ ਹੈ ਜਦੋਂ ਵੀ ਤੁਸੀਂ ਕੁਝ ਅਟੈਚ ਫਾਈਲ ਕਰਦੇ ਹੋ ਸਟੇਟਸ ਤੇ ਉਹਦੇ ਵਿੱਚ ਜਿੱਥੇ ਤੁਹਾਡੀ ਆਪਸ਼ਨ ਆਂਦੀ ਹੈ ਉੱਥੇ ਲਿਖਿਆ ਹੁੰਦਾ ਨਾਟ ਸਟਾਰਟਡ ਪੈਂਡਿੰਗ ਜਾਂ ਕੰਪਲੀਟਡ ਉੱਥੇ ਤੁਸੀਂ ਕੰਪਲੀਟਡ ਨੂੰ ਸਿਲੈਕਟ ਕਰ ਲੈਣਾ ਇਸ ਤਰ੍ਹਾਂ ਲਾਸਟ ਦੇ ਵਿੱਚ ਆਏਗਾ ਸਿੰਕ ਸਿੰਕ ਕਰਕੇ ਤੁਹਾਡਾ ਸਾਰਾ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ ਤੇ ਤੁਸੀਂ ਲਾਸਟ ਵਿੱਚ ਜਿਹੜੀ ਜਨਨੀ ਵੀਡੀਓ ਹੈ ਲਾਸਟ ਦੇ ਵਿੱਚ ਉਹ ਜਿਹੜੀ ਵੀਡੀਓ ਤੁਸੀਂ ਬਣਾਈ ਹੈ ਆਪਣੇ ਸਬਜੈਕਟ ਦੇ ਰਿਗਾਰਡਿੰਗ ਉਹ ਤੁਸੀਂ ਪਾਣੀ ਹੈ ਤੇ ਸਬਮਿਟ ਯਰ ਪ੍ਰੋਸੈਸ ਦੇ 3 ਦੇ 3 ਜਿਹੜੇ ਆ ਕੰਪਲੀਟ ਹੋ ਜਾਣਗੇ ਤੇ ਲਾਸਟ ਦੇ ਵਿੱਚ ਗੈਲਰੀ ਦੇ ਵਿੱਚ ਜਾ ਕੇ ਅਸੀਂ ਵੀਡੀਓ ਨੂੰ ਵੀ ਸਬਮਿਟ ਕਰ ਦੇਣਾ ਤੇ ਇਸ ਤਰ੍ਹਾਂ ਲਾਸਟ ਦੇ ਵਿੱਚ ਆ ਜਾਏਗਾ ਕਿ ਤੁਸ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਉਹ ਸਕਸੈਸਫੁਲੀ ਸਬਮਿਟ ਹੋ ਗਿਆ ਹੈ ਆ ਬਸ ਇੰਨੀਆਂ ਹੀ ਚੀਜ਼ਾਂ ਹਨ ਜਿਹੜੀਆਂ ਕਿ ਸਮਝਣ ਦੀ ਲੋੜ ਹੈ ਧੰਨਵਾਦ